ਸਥਾਨਕ ਸ਼ਹਿਰ ਦੇ ਮੁਹੱਲਾ ਨਾਨਕਸਰ ਵਿਖੇ ਬੀਤੀ ਰਾਤ ਜਦੋਂ ਬਾਰਿਸ਼ ਹੋ ਰਹੀ ਸੀ ਕਰੀਬ ਰਾਤ 3:30 ਵਜੇ ਦੀ ਘਟਨਾ ਹੈ ਔਰ ਇੱਕ ਘਰ ਵਿੱਚ ਸੁੱਤੇ ਪਏ ਪਰਿਵਾਰ ਉੱਪਰ ਛੱਤ ਡਿੱਗ ਪਏ ਜਾਣ ਕਰਕੇ ਕਰੀਬ 6 ਤੋਂ 7 ਮੈਂਬਰ ਜਿਹੜੇ ਆ ਜ਼ਖਮੀ ਹੋ ਗਏ ਆ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਤਰਨ ਤਾਰਨ ਲਿਜਾਇਆ ਗਿਆ ਜਿੱਥੋਂ ਉਹਨਾਂ ਨੂੰ ਡਾਕਟਰਾਂ ਵੱਲੋਂ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਇਸ ਦੌਰਾਨ ਘਰ ਦੇ ਇੱਕ ਮੈਂਬਰ ਹੈ ਬੱਚਾ ਵਾ ਜਿਹੜਾ ਇਸ ਨਾਲ ਅਮਰ ਹੈ ਇਸ ਨਾਲ ਗੱਲ ਕਰਾਂਗੇ ਕਿ ਬੜੇ ਹੀ ਗਰੀਬ ਪਰਿਵਾਰ ਨਾਲ ਘਟਨਾ ਵਾਪਰੀ ਹੈ ਕਿਸ ਤਰ੍ਹਾਂ ਹੋਇਆ ਔਰ ਕਿਸ ਤਰ੍ਹਾਂ ਇਹਨਾਂ ਨੇ ਉਸ ਵੇਲੇ ਰਾਤ ਨੂੰ ਆਪਣਾ ਲੋਕਾਂ ਨੂੰ ਆਵਾਜ਼ ਮਾਰ ਕੇ ਮਦਦ ਦੀ ਗੁਹਾਰ ਲਗਾਈ। ਬੇਟਾ ਕੀ ਨਾਂ ਤੇਰਾ ਔਰ ਕਿੰਨੇ ਵਜੇ ਦੀ ਘਟਨਾ ਰਾਤੀ ਹੈ ਜਿਹੜੀ ਵਾਪਰੀ ਹੈ? 3:00 ਦੀ ਘਟਨਾ। ਮੈਂ ਸੀ, ਮੇਰਾ ਭਾਈ ਸੀ, ਦੋ ਭੈਣਾਂ ਸੀ, ਡੈਡੀ ਸੀ ਤੇ ਮੰਮੀ ਮੇਰੀ ਤੇ ਮਾਤਾ ਉਧਰ ਸੁੱਤੇ ਦੂਸਰੇ ਤੇ ਫਿਰ 3:00 ਤੱਕ ਡਿੱਗਾ ਲੈਂਟਰ ਤੇ ਸਾਰੇ ਥੱਲੇ ਦੱਬੇ ਗਏ। ਉਸ ਵੇਲੇ ਕੁਛ ਪਤਾ ਨਹੀਂ ਲੱਗਾ ਵੀ ਬਾਰਿਸ਼ ਲੱਗੇ ਟੁੱਟਣ ਲੱਗੀ ਕੁਛ ਡਿੱਗਣ ਲੱਗੀ? ਪਹਿਲਾਂ ਉੱਠ ਕੇ ਬਾਹਰ ਆ ਗਏ ਉਹ? ਕੁਛ ਨਹੀਂ ਪਤਾ ਲੱਗਾ, ਨਹੀਂ ਅਚਾਨਕ ਹੀ ਡਿੱਗ ਗਏ ਸਾਰੇ। ਇੱਕੋ ਕਮਰੇ ਵਿੱਚ ਸੁੱਤੇ ਪਏ ਸੀ ਉਸ ਵੇਲੇ? ਹਾਂਜੀ ਹਾਂਜੀ, ਉਧਰ ਡਿੱਗ ਗਏ। ਛੋਟੀ ਬੱਚੀ ਵੀ ਹੈ ਤੁਹਾਡੀ ਭੈਣ ਹੀ ਹੈ ਜਿਹੜੀ? ਉਹਨੂੰ ਵੀ ਉਹਨੂੰ ਕਿਸ ਤਰ੍ਹਾਂ ਲੱਗਾ ਕਰੰਟ? ਉਹਨੂੰ ਕਰੰਟ ਲੱਗਾ, ਉਹਦੇ ਗਲ 'ਚ ਤਾਰ ਸੀ ਕਰੰਟ ਵਾਲੀ ਤਾਂ ਲੱਗਿਆ। ਤੇ ਉਸ ਵੇਲੇ ਕੋਈ ਰਾਤ ਨੂੰ ਕੋਈ ਮਦਦ ਵਾਸਤੇ ਆਂਢ ਗੁਆਂਢ ਕੋਈ ਇਕੱਠੇ ਹੋਏ ਫਿਰ ਕਿੱਦਾਂ ਲੋਕਾਂ ਨੂੰ ਕਿਵੇਂ ਪਤਾ ਲੱਗਾ ਤੁਹਾਨੂੰ ਕਿੱਦਾਂ ਬਾਹਰ ਨਿਕਲੇ ਤੁਸੀਂ? ਉਹ ਮੇਰਾ ਭਾਈ ਸੀ, ਉਹ ਬੁਲਾ ਕੇ ਲਿਆ ਸੀ ਉੱਧਰ ਸੀ ਨਾ ਤੇ ਉਹ ਬੁਲਾ ਕੇ ਲਿਆ ਸੀ ਨਾ। ਤੇ ਜਿਹੜੀ ਮਾਤਾ ਤੁਹਾਡੀ ਦਾਦੀ ਆ ਉਹ ਕਿਸ ਤਰ੍ਹਾਂ ਮਤਲਬ ਬਚ ਗਈ? ਦੂਸਰੇ ਕਮਰੇ ਸੀ ਕੀ ਸੀ ਉਹ? ਉਹ ਦੂਸਰੇ ਕਮਰੇ 'ਚ ਪਏ ਸੀ ਤਾਂ ਇੱਧਰ ਨਹੀਂ ਸੀ। ਉਹਨੂੰ ਬਚਾਓ ਗਿਆ? ਹਾਂਜੀ ਬਚਾਓ ਗਏ। ਹੁਣ ਬਾਕੀ ਸਾਰੇ ਕਿੱਥੇ ਗਏ ਇਸ ਵੇਲੇ, ਕਿਹੜੇ ਹਸਪਤਾਲ ਆ? ਉਹ ਅੰਮ੍ਰਿਤਸਰ ਕੀ ਨਾਮ ਸੀ ਉਹਦਾ। ਤੁਹਾਡੇ ਹੁਣ ਕਿੱਥੇ ਕਿੱਥੇ ਸੱਟਾਂ ਲੱਗੀਆਂ ਇੱਥੇ? ਤੁਹਾਨੂੰ ਛੁੱਟੀ ਦੇ ਦਿੱਤੀ ਇਹਨਾਂ ਨੇ? ਹਾਂਜੀ, ਮੱਥੇ ਲੱਗੀ, ਗੋਡੇ 'ਤੇ ਲੱਗੀ, ਘਰਦਿਆਂ ਦੇ ਮੋਢੇ 'ਤੇ ਲੱਗੀ ਇੱਕ ਤੇ ਚੂਲਾ ਟੁੱਟ ਗਿਆ ਇੱਕ। ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ, ਕਿਵੇਂ ਦਾ ਤੁਸੀਂ ਕਾਰੋਬਾਰ, ਕੀ ਕੰਮ ਕਰਦੇ ਜੇ ਸਾਰੇ? ਉਹ ਮਾਤਾ ਹੀ ਕਰਦੇ ਮੇਰੇ ਤੇ ਦੁਕਾਨ 'ਤੇ ਲੱਗਾ ਮੈਂ, ਮਿਹਨਤ ਮਜ਼ਦੂਰੀ ਕਰਦੇ। ਹਾਂਜੀ। ਕੀ ਸਰਕਾਰ ਤੋਂ ਮੰਗ ਕਰਦੇ ਜੇ? ਮੰਗ ਹੋਈ ਆ ਕਿ ਕੰਮ ਪਾ ਦੇ। ਇਹ ਵੀਰ ਸੀ ਜਦੋਂ ਰਾਤ ਵੇਲੇ ਜਦੋਂ ਬਾਰਿਸ਼ ਆਈ ਆ ਕਰੀਬ 3:30 ਵਜੇ, ਇਸ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਜੇ, ਜਿਸ ਤਰ੍ਹਾਂ ਕਿ ਘਰ ਦੀ ਛੱਤ ਹੇਠਾਂ ਇੱਕੋ ਪਰਿਵਾਰ ਦੇ ਕਰੀਬ 6-7 ਮੈਂਬਰ ਜਿਹੜੇ ਸੁੱਤੇ ਪਏ ਸੀ ਔਰ ਉੱਤਰ ਛੱਤ ਡਿੱਗਣ ਕਰਕੇ ਉਹ ਸਾਰੇ ਜ਼ਖਮੀ ਹੋ ਗਏ, ਕਿਸੇ ਦੀ ਹੱਡੀ ਟੁੱਟ ਗਈ ਹੈ, ਕਿਸੇ ਦਾ ਚੂਲਾ ਟੁੱਟ ਗਿਆ ਦੱਸਿਆ ਜਾ ਰਿਹਾ ਵੀਰ ਵੱਲੋਂ, ਔਰ ਇਹਨਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਵੀ ਕੀਤੀ ਜਾ ਰਹੀ ਕਿ ਉਹਨਾਂ ਦੇ ਘਰ ਨੂੰ ਦੁਬਾਰਾ ਉਹ ਸਾਰੇ ਕੀਤੀ। ਮਈਆਂ ਬੱਚੀਆਂ ਬਾਕੀਆਂ ਸੱਟਾਂ ਸੁੱਟਾਂ ਲੱਗੀਆਂ, ਸਿਰ 'ਤੇ ਵੀ ਲੱਗੀਆਂ ਤੇ ਮੈਂ ਜਾ ਕੇ ਮਰ ਗਿਆ ਆ। ਚਾਰ ਕੁ ਵਜੇ ਦੀ ਗੱਲ ਹੋਣੀ ਏ ਤੇ ਅਸੀਂ ਸਾਰੇ ਜਾਣੇ ਆਏ ਗਲੀ ਮਹੱਲੇ ਦੇ, ਇਕੱਠੇ ਹੋ ਕੇ ਆ ਮਲਬਾ ਪਰੇ ਕੀਤਾ, ਥੱਲੇ 7 ਪਰਿਵਾਰ ਸੁੱਤਾ, ਥੱਲੇ 7 ਜੀ ਸੀ, ਉਹਨਾਂ ਨੂੰ ਕੱਢਿਆ ਥੱਲਿਓ ਬਾਹਰ, ਮਲਬਾ ਕੱਢ ਕੇ ਉਹ ਬਹੁਤ ਬੁਰੀ ਹਾਲਤ ਵਿੱਚ ਸੀ ਤੇ ਤੇ ਉਹਨਾਂ ਦਾ ਬਚਣ ਦਾ ਤਾਂ ਕੋਈ ਮੁਸ਼ਕਲ ਹੀ ਆ, ਚਾਂਸ ਹੀ ਥੱਲੇ ਨਾ ਮਤਲਬ ਕੱਢਿਆ ਤੇ ਐਂਬੂਲੈਂਸ ਮੰਗਾਈ, ਐਂਬੂਲੈਂਸ ਨੰਬਰ ਤਰਨ ਤਾਰਨ ਨਾਲ ਐਂਬੂਲੈਂਸ ਆਏ ਤੇ ਉਹ ਹੋਸਪਿਟਲ ਦਾਖਲ ਕਰਾਤਾ ਉਹਨੂੰ ਤੇ ਜ਼ਖਮੀ ਹੋਏ ਕਿੰਨੀ ਕਿੰਨੀ ਉਮਰ ਉਹਨਾਂ ਦੀ? ਇਹਦੇ 'ਚ 6 ਜਾਣੇ ਜ਼ਖਮੀ ਹੋਏ ਆ ਤੇ ਇੱਕ ਨਾ ਇੱਕ ਗੁੰਜਣ ਕੁੜੀ ਦੀ ਉਮਰ ਵਾ 13 ਕੁ ਸਾਲ ਦੀ, ਇੱਕ ਖੁਸ਼ੀ ਆ ਉਹਦੀ 10 ਸਾਲ ਦੀ ਉਮਰ ਆ, ਇੱਕ ਲਾਭ ਆ ਉਹਦੀ ਉਮਰ ਹੈਗੀ 15 ਕੁ ਸਾਲ ਦੀ, ਇੱਕ ਲਖਵਿੰਦਰ ਸਿੰਘ ਕੇਂਦਰੀ ਮਾਲ ਘਰ ਦਾ ਉਹਦੀ 45 ਸਾਲ ਉਮਰ ਆ ਤੇ ਉਹਦੀ ਘਰ ਦੀ ਉਹਦੀ ਉਮਰ ਹੈਗੀ ਆ 35 ਕੁ ਸਾਲ ਤੇ ਇਹ ਸਾਰਾ ਪਰਿਵਾਰ ਥੱਲਿਓ ਅਸੀਂ ਮੁਸ਼ਕਲ ਕੱਢਿਆ ਤੇ ਨਾਲ ਜੀਣਾ ਜੀਣਾ ਉਹਦਾ ਸਾਲਾ ਖਿੰਦਰੀ ਦਾ, ਉਹ ਲਖਵਿੰਦਰ ਸਿੰਘ ਦਾ ਸਾਲਾ, ਉਹ ਹੀ ਜ਼ਖਮੀ ਹੋਇਆ, ਉਹਦੀ ਉਮਰ ਹੈਗੀ ਆ 36 ਸਾਲ, ਅਸੀਂ ਬੜੀ ਮੁਸ਼ਕਲ ਥੱਲਿਓ ਕੱਢੇ ਬਾਹਰ ਅਸੀਂ।
ਖੁਸ਼ੀ ਨੂੰ ਕਰੰਟ ਲੱਗਾ ਹੋਇਆ ਵਾ, ਪੱਖੇ ਦੀ ਤਾਰ ਨਾਲ ਕਰੰਟ ਲੱਗਾ, ਇੱਥੇ ਕਰੰਟ ਲੱਗਾ ਤੇ ਕਰੰਟ ਨਾਲ ਹਲੇ ਵੀ ਹੋਸ਼ ਨੀ ਕਰਨ ਦੀ, ਉਹ ਹਲੇ ਵੀ ਡਾਕਟਰ ਕਹਿੰਦੇ ਉਹਨੂੰ ਹੋਸ਼ ਨੀ ਆਉਣ ਦੀ, ਉਹ ਕਰੰਟ ਕਰਕੇ ਬੇਹੋਸ਼ ਹੋ ਚੁੱਕੀ ਹੈ। ਪੱਖੇ ਡਿੱਗਣ ਵਾਲਾ ਕਰੰਟ ਲੱਗ ਗਿਆ, ਤਾਰ ਕਰੰਟ ਵਾਲੀ ਲੱਗੀ ਸੀ ਨਾਲ, ਤੇ ਉਹਦੇ ਨਾਲ ਕਰੰਟ ਲੱਗਾ ਤੇ ਉਹ ਸਾਨੂੰ ਕਰੰਟ ਅੜਕੇ ਕਰੰਟ ਦੇ ਵੱਜੇ ਆ, ਮੈਂ ਕੱਢਿਆ ਬਾਹਰ ਚੜ ਕੇ, ਮੈਨੂੰ ਕਰੰਟ ਦੇ ਵੱਜੇ, ਕਰੰਟ ਮੈਨੂੰ ਵੀ ਪਿਆ ਵਾ ਤੇ ਫਿਰ ਕੱਢ ਕੇ ਕਹੀਂ ਮਿਲਾਂਦਾ ਬਾਹਰ। ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਵੀ ਆ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ, ਹਸਪਤਾਲ ਦਾਖਲ ਪਏ ਉਹਨਾਂ ਦਾ ਇਲਾਜ ਕੀਤਾ ਜਾਵੇ, ਉਹਨਾਂ ਕੋਲ ਇਲਾਜ ਜੋ ਕੋਈ ਪੈਸਾ ਕੋਈ ਨਹੀਂ ਹੈਗਾ, ਤੇ ਆਹ ਨਾਲ ਇਹਨਾਂ ਦੇ ਕਮਰੇ ਬਣਾ ਕੇ ਦਿੱਤਾ ਜਾਵੇ, ਚਾਰੇ ਘਰ ਪਰਿਵਾਰ ਵਧੀਆ ਤੇ ਸੱਤ ਜਾਣੇ ਕੱਲ ਇੱਕ ਘਰ ਚ ਰਹਿੰਦੇ ਪਏ ਆ, ਸੱਤਾਂ ਦੀ ਮਦਦ ਕੀਤੀ ਜਾਵੇ। ਕਾਰੋਬਾਰ ਮਿਹਨਤ ਮਜ਼ਦੂਰੀ ਕਰਦੇ ਆ, ਉਹ ਜਿਹੜਾ ਘਰ ਦਾ ਮਾਲਕ ਮੋਦੀ ਆ, ਉਹ ਲੱਤਾਂ ਦੋਵੇਂ ਖਰਾਬ ਹੋਦੀਆਂ, ਉਹ ਅੰਗਹੀਣ ਵਾ ਕੇ ਉਹਦੇ ਕੰਮ ਦਿਖਾਉਂਦਾ ਨਹੀਂ ਆ, ਉਹਦੇ ਘਰ ਦੇ ਘਰਾਂ ਦਾ ਕੰਮ ਕਰਨ ਜਾਂਦੀ ਆ, ਉਹ ਖਾਂਦੇ ਤੇ ਉਹ ਪੀਂਦੇ ਚਾਰੇ। ਰਮਨ ਚਾਵਲਾ, ਜਗਬਾਣੀ ਟੀਵੀ, ਤਰਨ ਤਾਰਨ।